ਫੇਮ ਨੂੰ ਕਿੰਨਾ ਇੰਜੋਏ ਕਰ ਰਹੇ ਹੋ? ਸੱਚੀ ਦੱਸਾਂ, ਓਨੈਸਟੀ ਦੇ ਨਾਲ ਮੈਨੂੰ ਕਦੇ ਵੀ ਫੀਲ ਨਹੀਂ ਹੁੰਦਾ ਕਿ ਫੇਮ ਹੈਗਾ। ਮੇਰੀ ਤਾਂ ਮੰਮੀ ਮਿਲਦਾ, ਉਹਨਾਂ ਨੂੰ ਸ਼ੁਰੂ ਤੋਂ ਹੀ ਉਹ ਲੱਗਦਾ ਕਿ ਉਹ ਮੇਨ ਕਰੈਕਟਰ ਨੇ। ਸੱਚੀ ਹੁੰਦਾ, ਤੁਸੀਂ ਮੇਰੀ ਮੰਮੀ ਨੂੰ ਮਿਲੋਗੇ ਨਾ, ਤੁਹਾਨੂੰ ਲੱਗਣਾ ਕਿ ਹਾਂ ਕਿ ਓਕੇ ਬੇਟਾ, ਜੇ ਕੋਈ ਕਹਿ ਦੇਵੇ ਤੁਸੀਂ ਬਹੁਤ ਯੂਨੋ ਤੁਸੀਂ ਨਾਈਸ ਸਮਝ, ਕਿਉਂਕਿ ਮੰਮੀ ਨਹੀਂ ਨਾਈਸ। ਨਹੀਂ ਮੈਂ ਸੱਚੀ ਦੱਸਾਂ, ਮੈਂ ਤਾਂ ਸ਼ੁਰੂ ਤੋਂ ਹੀ ਮਤਲਬ ਛੋਟੇ ਹੁੰਦੇ ਹੀ ਤੋਂ ਹੀ ਮੈਨੂੰ ਲੱਗਦਾ ਸੀ ਕਿ ਮੈਂ ਹੀਰੋ ਹਾਂ, ਮਤਲਬ ਹਾਂ ਇਸ ਪੂਰੀ ਫੈਮਿਲੀ ਦਾ, ਕਿਉਂਕਿ ਐਂਟਰਟੇਨਮੈਂਟ ਮੈਂ ਹੀ ਕਰਦੀ ਹੁੰਦੀ, ਰੌਣਕ ਮੈਂ ਹੀ ਲਾਉਂਦੀ ਹੁੰਦੀ ਹਾਂ। ਮੈਨੂੰ ਲੱਗਦਾ ਮੇਰੇ ਰਿਸ਼ਤੇਦਾਰ ਨਾ ਇੱਦਾਂ ਪੁੱਛਦੇ ਵੀ ਨਹੀਂ ਹੈਗੇ, ਉਹ ਤਾਂ ਦੱਸਦੇ ਹੁੰਦੇ ਆ ਕਿ ਆਹੀ ਮਾੜਾ ਜਿਹਾ ਮੈਂ ਕਿਹਾ ਹੋਇਆ ਜੀ ਉੱਧਰ, ਅਤੇ ਹਾਂ ਹਾਂ ਮੇਰੇ ਜਿਹੜੇ ਕਜ਼ਨ ਨੇ ਜਾਂ ਕੁਛ ਵੀ, ਰੂਪੀ ਆ ਜੀ, ਅਤੇ ਇੱਦਾਂ ਨਹੀਂ ਕਦੇ ਹੋਇਆ ਹੈਗਾ ਕਿ ਉਹਨਾਂ ਨੇ ਮੈਨੂੰ ਪੁੱਛਿਆ ਹੋਵੇ ਕਿ ਰੂਪੀ ਮੈਂ ਕਿਹਾ ਹੋਇਆ, ਨਾ ਨਾ ਨਾ, ਹਮੇਸ਼ਾ ਡਿਮਾਂਡ ਹੀ ਹੁੰਦੀ ਆ ਜੀ ਟਾਈਮ ਨਾਲ। ਫਿਰ ਇਹਨਾਂ ਦਾ ਇੱਦਾਂ ਵੀ ਹੁੰਦਾ ਕਿ ਕਦੇ ਕਦੇ ਫੋਟੋ ਕਰਾ ਕੇ ਨਾ ਉਹਨਾਂ ਨੂੰ ਲੱਗਦਾ ਹੁੰਦਾ ਕਿ ਹੋਰ ਕੋਈ ਸੀ, ਫਿਰ ਉਹ ਫਿਲਮ ਮੈਨੂੰ ਹੋਰ ਕੋਈ ਕਹਿ ਦੇਣਗੇ ਕਿ ਮਤਲਬ ਜੀ ਆਹ ਫਿਲਮ ਬਹੁਤ ਵਧੀਆ ਸੀ, ਉਹ ਤਾਂ ਮੇਰੀ ਹੈ। ਮੈਂ ਥੈਂਕ ਯੂ ਜੀ। ਇਹਨਾਂ ਤੁਹਾਨੂੰ ਦੇਖ ਦੇਖਦੇ ਨਾ ਮੈਨੂੰ ਇੱਕ ਪਰਫੋਰਮੈਂਸ ਯਾਦ ਆਉਣ ਲੱਗ ਗਈ, ਜਦੋਂ ਤੁਸੀਂ ਇੱਕ ਪ੍ਰਮੋਸ਼ਨਲ ਟੂਰ 'ਤੇ ਸੀਗੇ, ਆਈ ਥਿੰਕ ਤੁਸੀਂ ਸਟੇਜ 'ਤੇ ਉਹ ਪਰਫੋਰਮ ਕਰ ਰਹੇ ਸੀਗੇ, ਤੁਸੀਂ ਇੱਕ ਸਿਰਫ ਆਵਾਜ਼ ਹੀ ਮਾਰੀ ਸੀਗੀ ਵੀ ਕਿੱਦਾਂ ਮਾਝੇ ਵਾਲੇ ਹੋ। ਆਦਤ ਜੀ ਨਹੀਂ ਹੈਗੀ ਨਾ ਅਜੇ, ਤਾਂ ਉਦੋਂ ਮੇਰੀ ਆਵਾਜ਼ ਵੀ ਮਸੀ ਇੱਥੋਂ ਮਸੀ ਨਿਕਲ ਰਹੀ ਸੀ, ਤਾਂ ਮੈਂ ਕਦੇ ਕਦੇ ਉਹ ਵੀਡੀਓ ਦੁਬਾਰਾ ਦੇਖਦੀ ਹੁੰਦੀ ਹਾਂ, ਤਾਂ ਮੈਨੂੰ ਸੰਗ ਜੀ ਲੱਗਦੀ ਕਿ ਮਤਲਬ ਉਹ ਨਹੀਂ ਨਿਕਲਦੀ, ਉਹਨੇ ਆ ਵੀ ਹੱਸਦੀ, ਸੱਚੀ ਨਹੀਂ ਨਿਕਲਦੀ। ਐਂਡ ਕਦੀ ਰੂਪੀ ਫੈਨ ਐਕਸਪੀਰੀਅੰਸ ਹੋਇਆ ਕਦੇ ਪ੍ਰੇਮ ਭਾਈ ਦਾ ਗਾਣਾ ਚਲੋ ਵਾਇਰਲ ਹੋਇਆ ਅੱਡ ਅੱਡ ਚੀਜ਼ ਆ, ਜਿਹੜਾ ਤੁਹਾਡੇ ਵਾਲਾ ਅੱਖਰ ਜੇ ਵਾਇਰਲ ਹੋਏ ਸੀਗੇ ਉਹ ਅੱਡ ਚੀਜ਼ ਆ? ਉਹ ਮਾਝੇ ਵਾਲਿਆਂ ਦਾ ਹੈਗਾ ਆ ਜੀ, ਸਾਡਾ ਕਨੈਕਸ਼ਨ ਹੈਗਾ ਪੱਕਾ ਮਾਝੇ ਵਾਲਿਆਂ ਨਾਲ। ਇੱਕ ਵਾਰੀ ਮੈਨੂੰ ਯਾਦ ਆ ਮੈਂ ਸਟੋਰ ਦੇ ਵਿੱਚ ਕੁਛ ਖਰੀਦ ਰਹੀ ਸੀ, ਰੀਸੈਂਟਲੀ ਹੋਇਆ, ਅਤੇ ਇੱਕ ਨਾ ਮੁੰਡਾ ਆਇਆ, ਬਹੁਤ ਬਹੁਤ ਸਵੀਟ ਸੀ ਉਹ, ਅਤੇ ਉਹਦੇ ਆਈ ਥਿੰਕ ਉਹ ਪੜ੍ਹ ਰਹੇ ਸੀ ਉੱਥੇ, ਕਿਉਂਕਿ ਉੱਪਰ ਉਹ ਕਾਲਜ ਸੀਗਾ, ਅਤੇ ਉਹ ਨਾ ਉੱਚੀ ਦੇਣੀ ਮੇਰੇ ਕੰਨ 'ਚ ਆ ਕਹਿੰਦਾ ਅਲੱਗ ਕਿਹੜਾ ਪੜ੍ਹਾ, ਅਤੇ ਮੈਨੂੰ ਯਾਦ ਆ ਬਹੁਤ ਹੀ ਉੱਚੀ ਦੇਣੀ, ਅਤੇ ਮੈਂ ਪਿੱਛੇ ਦੇਖਿਆ ਅਤੇ ਉਹ ਨਾ ਸਾਰੇ ਗੋਰੇ ਸੀ ਉੱਥੇ ਆਲੇ ਦੁਆਲੇ, ਉਹ ਸਾਰੇ ਮੇਰੇ ਵੱਲ ਦੇਖਣ ਲੱਗ ਗਏ। ਹੁਣ ਮੈਂ ਉਹਨਾਂ ਨੂੰ ਕਿੱਦਾਂ ਦੱਸਾਂ ਵੀ ਅਸੀਂ ਮਾਝੇ ਤੋਂ ਹਾਂ, ਸਾਨੂੰ ਇੱਦਾਂ, ਮੈਂ ਕਿੱਦਾਂ, ਅਤੇ ਉਹ ਮੈਂ ਉਹਦੇ ਵੱਲ ਦੇਖਿਆ ਅਤੇ ਮੈਂ ਨਾ ਹੈਰਾਨ ਜੀ, ਅਤੇ ਮੈਂ ਹੱਸਣ ਲੱਗ ਗਈ, ਅਤੇ ਉਹ ਕਹਿੰਦੇ ਕਿਹੜਾ। ਐਂਡ ਮੰਮੀ ਜੀ ਨੂੰ ਬੜਾ ਬੜਾ ਪ੍ਰਣਾਮ ਅਤੇ ਪਿਆਰ, ਐਂਡ ਪੂਰੀ ਫੈਮਿਲੀ ਨੂੰ। ਸਮਾਈਲ ਕਰਦੇ ਹੋਣਗੇ ਜਦੋਂ ਉਹਨਾਂ ਨੇ ਵੀਡੀਓ ਦੇਖੀ ਆ, ਵੀ ਇਹ ਦੇਖ ਮੰਮੀ ਜੀ ਕਹਿਣਗੇ ਕਿ ਮੈਂ ਮਿਲਣਾ ਮੁੰਡੇ ਨੂੰ ਯਾਰ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਫਿਲਮ ਆ ਰਹੀ ਹੈ ਇੱਕ ਬਹੁਤ ਵੱਡੇ ਲੈਵਲ ਦੀ ਫਿਲਮ, ਵੱਡੇ ਲੈਵਲ ਦੀ ਮੈਂ ਤਾਂ ਕਹਿ ਰਿਹਾ ਬਿਕੋਜ਼ ਸਾਡੇ ਸਿਨੇਮਾ ਨੂੰ ਹਰ ਟਾਈਮ ਵੇਟ ਹੁੰਦੀ ਹੈ ਕਿ ਕੋਈ ਉਹਨੂੰ ਅੱਛੇ ਬਜਟ ਦੀ ਫਿਲਮ ਸਪੈਸ਼ਲੀ ਬਣੇ, ਐਂਡ ਬਜਟ ਦੇ ਨਾਲ ਨਾਲ ਅੱਛੀ ਕੁਆਲਿਟੀ ਦੀ ਫਿਲਮ ਬਣੇ। ਐਂਡ ਜੋ ਵੀ ਇਨਸਾਨ ਉਸ ਫਿਲਮ 'ਚ ਕੰਮ ਕਰਦਾ, ਮੈਨੂੰ ਇੱਦਾਂ ਲੱਗਦਾ ਕਿ ਉਹ ਹਰ ਇਨਸਾਨ ਦੀ ਜਰਨੀ ਕਾਫੀ ਜ਼ਿਆਦਾ ਐਕਸਾਈਟਿਡ ਐਂਡ ਕਾਫੀ ਜ਼ਿਆਦਾ ਇੰਸਪੀਰੇਸ਼ਨ ਵਾਲੀ ਹੋ ਜਾਂਦੀ ਹੈ। ਨਾਲ ਮੇਰੇ ਰੂਪੀ ਗਿੱਲ ਹੋਰੀ ਬੈਠੇ ਨੇ, ਐਂਡ ਗਾਣਿਆਂ ਤੋਂ ਹੁਣ ਫਾਈਨਲੀ ਇੱਦਾਂ ਦਾ ਟੈਲੈਂਟ ਨਿਕਲ ਕੇ ਸਾਹਮਣੇ ਆਇਆ ਰੂਪੀ, ਕਿ ਇਹ ਫਿਲਮ ਮੇਨ ਲੀਡ 'ਚ ਕਰ ਰਹੇ ਹੋ, ਪਹਿਲੀ ਗੱਲ ਤਾਂ ਇਹਦੇ ਵਾਸਤੇ ਬੜੀ ਬੜੀ ਵਧਾਈਆਂ, ਐਂਡ ਵੈਲਕਮ ਹੈ ਤੁਹਾਡਾ ਨਿਊਜ਼ 18 'ਤੇ। ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਸੋ ਮੱਚ। ਠੀਕ ਹੋ? ਬਹੁਤ ਵਧੀਆ, ਤੁਸੀਂ ਕਿੱਦਾਂ? ਬਹੁਤ ਵਧੀਆ। ਤੁਹਾਡੇ ਨਾ ਚੱਕਵੇਂ ਜਿਹੇ ਹਿਸਾਬ, ਜਿਹੜਾ ਤੁਹਾਡਾ ਚੱਕਵਾਂ ਜਿਹਾ ਰੋਬ ਹੈਗਾ ਨਾ, ਚੱਕਵੀਂ ਜੀ ਬੋਲੀ ਹੈਗੀ ਆ, ਉਹਦੇ ਹਿਸਾਬ ਨਾਲ ਜਿਹੜੀ ਡੀਸੈਂਸੀ ਆ ਨਾ, ਜਿਹੜੀ ਨਿਮਰਤਾ ਹੈ, ਡੀਸੈਂਸੀ ਕਹਿ ਲਓ, ਹੈ ਨਾ, ਮਤਲਬ ਉਹ ਸੋਫਟਲੀ ਬੋਲ ਦੇਣਾ, ਇਹ ਬਹੁਤ ਪਸੰਦ ਕਰਦਾ ਮੈਂ ਅਤੇ ਔਡੀਅੰਸ ਵੀ। ਡੀਸੈਂਸੀ ਦਾ ਪਤਾ ਨਹੀਂ, ਬਟ ਥੈਂਕ ਯੂ ਜੀ। ਥੈਂਕ ਯੂ ਬੜਾ ਘੈਂਟ ਬੋਲਦੇ ਤੁਸੀਂ, ਕੀ ਕਿਵੇਂ ਬੋਲਦੇ ਕਿ ਦੁਬਾਰਾ ਬੋਲੇ ਥੈਂਕ ਯੂ ਬੋਲਿਓ। ਥੈਂਕ ਯੂ ਕੌਣ ਇੰਦਰ? ਨਹੀਂ ਐਕਚੁਅਲ 'ਚ, ਕਿਉਂਕਿ ਜਦੋਂ ਲਾਸਟ ਟਾਈਮ ਮਿਲੇ ਸੀਗੇ ਨਾ, ਤਾਂ ਕੁਛ ਨਾ ਇਨਸਾਨ ਦੇ ਅੰਦਰ ਨਾ ਕੁਛ ਨਾ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬੜੀਆਂ ਪਸੰਦ ਕਰਦੇ, ਬੇਸ਼ੱਕ ਉਹਦਾ ਐਕਸੈਂਟ ਲਗਾ ਲਓ, ਬੇਸ਼ੱਕ ਉਹਦੀ ਬੋਲੀ ਲਗਾ ਲਓ, ਬੇਸ਼ੱਕ ਉਹਦੀ ਬੋਲੀ ਦੇ ਨਾਲ ਨਾਲ ਉਹਦਾ ਵੇ ਲਗਾ ਲਓ ਬੋਲੀ ਬੋਲਣ ਦਾ। ਤਾਂ ਤੁਸੀਂ ਆਪ ਵੀ ਓਬਜ਼ਰਵ ਕੀਤਾ ਹੀ ਹੋਣਾ, ਜਿੱਦਾਂ ਤੁਸੀਂ ਪ੍ਰੇਮ ਨਾਲ ਜਦੋਂ ਉਹਦਾ ਗਾਣਾ ਆਇਆ, ਉਸ ਤੋਂ ਬਾਅਦ ਤਾਂ ਰੂਪੀ ਦੀ ਬੋਲੀ ਨਾਲ ਮੇਰੇ ਖਿਆਲ ਲੋਕਾਂ ਨੂੰ ਜ਼ਿਆਦਾ ਪਿਆਰ ਹੋ ਗਿਆ।
ਫੀਲ ਕੀਤਾ ਕਦੇ? ਆਈ ਥਿੰਕ ਪੰਜਾਬੀ ਬੋਲੀ ਹੈਗੀ ਇੱਦਾਂ ਦੀ ਚੀਜ਼ ਆ ਕਿ ਆਪਾਂ ਨੂੰ ਸਾਰਿਆਂ ਨੂੰ ਬਹੁਤ ਪਿਆਰ ਆ ਇਹਦੇ ਨਾਲ, ਸੋ ਇਸ ਕਰਕੇ ਹੋ ਸਕਦਾ ਜੀ ਕੁਛ ਨਾ, ਮਤਲਬ ਕਿ ਚਲੋ ਮੈਂ ਤੁਹਾਡੀ ਗੱਲ ਨਹੀਂ ਕਰਦਾ, ਕੁਛ ਗੋਰੇ ਜਦੋਂ ਪੰਜਾਬੀ ਬੋਲੀ ਬੋਲਦੇ ਆ ਨਾ ਉਹ ਐਕਸੈਂਟ ਕਮਾਲ ਲੱਗਦਾ ਹੈ ਨਾ? ਹਾਂਜੀ ਉਹ ਥੋੜ੍ਹਾ ਜਿਹਾ ਉਹ ਲੱਗਦਾ ਨਾ ਇੰਟਰਸਟਿੰਗ ਲੱਗਦਾ, ਹਾਂ ਉਹ ਅਲੱਗ ਜਿਹਾ ਹੁੰਦਾ। ਐਂਡ ਕਿਵੇਂ ਫੀਲ ਕਰ ਰਹੇ ਹੋ ਵੈਸੇ ਮੇਨ ਲੀਡ 'ਚ ਫਿਲਮ ਕਰਕੇ, ਹੈ ਨਾ ਵੀ ਵੱਡੇ ਲੈਵਲ ਦੀ ਫਿਲਮ ਆ, ਬਿਕੋਜ਼ ਪਹਿਲਾਂ ਮਸਤਾਨੇ ਆਈ ਸੀਗੀ ਮੇਰੇ ਖਿਆਲ ਤੋਂ, ਮਸਤਾਨੇ ਵਾਲਾ ਮੈਂ ਤਾਂ ਕੰਪੇਅਰ ਕਰ ਰਿਹਾ ਬਿਕੋਜ਼ ਉਹ ਉਹਦੀ ਇੱਕ ਹਾਈਪ ਅਲੱਗ ਸੀਗੀ ਕਿ ਬਹੁਤ ਪੈਸਾ ਇਨਵੈਸਟ ਹੋਇਆ ਆ। ਐਂਡ ਡੈਫੀਨੇਟਲੀ ਉਹ ਜਦੋਂ ਵੀ ਕੋਈ ਇਨਸਾਨ ਵੱਡੇ ਬਜਟ ਦੀ ਫਿਲਮ 'ਚ ਕੰਮ ਕਰਦਾ ਪਤਾ ਲੱਗਦਾ ਕਿ ਚਲੋ ਕੁਆਲਿਟੀ ਐਂਡ ਫਾਈਨੈਂਸ਼ੀਅਲ ਜਿਹੜੇ ਚੀਜ਼ਾਂ ਹੁੰਦੀਆਂ ਉਹਨਾਂ ਦਾ ਅੱਛਾ ਵਰਕ ਕੀਤਾ ਗਿਆ ਐਂਡ ਉਹ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਆ। ਤਾਂ ਰੂਪੀ ਦੀ ਜ਼ਿੰਦਗੀ 'ਚ ਇਹ ਕਿੰਨਾ ਕੁ ਪ੍ਰੀਸ਼ੀਅਸ ਟਾਈਮ ਹੈ ਜਦੋਂ ਇੰਨੇ ਵੱਡੇ ਬਜਟ ਦੀ ਫਿਲਮ ਨੂੰ ਪ੍ਰਮੋਟ ਕਰ ਰਹੇ ਹੋ? ਬਹੁਤ ਬਹੁਤ ਹੀ ਜ਼ਿਆਦਾ ਗ੍ਰੇਟਫੁਲ ਫੀਲ ਹੋ ਰਿਹਾ, ਬਹੁਤ ਹੀ ਜ਼ਿਆਦਾ, ਅਤੇ ਇੱਕ ਡਰ ਵੀ ਫੀਲ ਹੋ ਰਿਹਾ ਜੋ ਕਿ ਜਾਇਜ਼ ਹੈ ਆਈ ਥਿੰਕ, ਕਿ ਤੁਸੀਂ ਚਾਹੁੰਦੇ ਆ ਕਿ ਜੋ ਆਡੀਅੰਸ ਦੀ ਉਮੀਦ ਆ ਕਿ ਉਹ ਡਿਸਅਪੁਆਇੰਟ ਨਾ ਹੋਣ, ਸੋ ਇੱਕ ਡਰ ਜ਼ਰੂਰ ਆ ਜੀ। ਜੀ ਮੈਂ ਕਿਹਾ ਸੁੱਖ ਨਾਲ ਸੁੱਖ ਦੀ ਫਿਲਮ ਵੀ ਆ ਗਈ। ਸਹੀ ਗੱਲ ਹੈ, ਸਹੀ ਗੱਲ ਹੈ। ਸੁੱਖ ਭਾਈ ਨਾਲ ਜਦੋਂ ਤੁਸੀਂ ਐਕਟਿੰਗ ਫੀਲਡ 'ਚ ਆਏ ਹੋ, ਉਹ ਐਕਚੁਅਲ 'ਚ ਫੀਲ ਕਿੱਦਾਂ ਸੀਗਾ ਕਿ ਚਲੋ ਵੀ ਹੁਣ, ਕਿਉਂਕਿ ਸਪੋਰਟ ਲਾਈਫ 'ਚ ਸਾਨੂੰ ਜਦੋਂ ਇੱਦਾਂ ਦੀ ਮਿਲਦੀ ਹੈ ਕਿ ਇਨਸਾਨ ਦਿਲ ਤੋਂ ਸਪੋਰਟ ਕਰਦਾ, ਲੋਕ ਇੱਦਾਂ ਦੇ ਹੁੰਦੇ ਨਹੀਂ ਜ਼ਿੰਦਗੀ, ਜਿਹਦੀ ਹੁੰਦੇ ਉਹ ਬੰਦਾ ਕਿਸਮਤ ਵਾਲਾ ਹੀ ਹੁੰਦਾ ਹੈ ਨਾ, ਅਤੇ ਇਹ ਫੀਲ ਕਰਦੇ ਹਾਂ ਤੁਸੀਂ ਵੀ ਸੁੱਖ ਦਾ ਬਹੁਤ ਸਾਥ ਰਿਹਾ ਆ, ਜਿਵੇਂ ਦੋਸਤੀ ਪੱਖੋਂ ਲਗਾ ਲਓ, ਹੈ ਨਾ ਜੋ ਫੈਮਿਲੀ ਤੁਹਾਡਾ ਬੌਂਡ ਰਿਹਾ ਆ, ਤਾਂ ਉਸ ਚੀਜ਼ ਨੇ ਕਿੱਥੋਂ ਦੀ ਕਿੱਥੇ ਲੈ ਕੇ ਖੜਾ ਕਰਤਾ। ਡੈਫੀਨੇਟਲੀ ਮਿਹਨਤ ਤਾਂ ਇਨਸਾਨ ਦੀ ਹੁੰਦੀ ਹੁੰਦੀ ਆ, ਬਟ ਸਪੋਰਟ ਬਹੁਤ ਵੱਡਾ ਪਾਰਟ ਹੁੰਦਾ। ਹਾਂਜੀ 100% ਜੀ, ਆਈ ਥਿੰਕ ਸੁੱਖ ਵੀਰੇ ਨਾਲ ਜੋ ਮਤਲਬ ਉਹਨਾਂ ਨੇ ਮੈਨੂੰ ਸ਼ੁਰੂ ਤੋਂ ਸਪੋਰਟ ਕੀਤੀ ਆ ਨਾ, ਮੈਂ ਦੱਸ ਨਹੀਂ ਸਕਦੀ, ਆਈ ਥਿੰਕ ਉਹਨਾਂ ਕਰਕੇ ਹੀ ਇੱਥੇ ਬੈਠੀ ਹਾਂ। ਅਤੇ ਉਹਨਾਂ ਨੇ ਜਦੋਂ ਸਭ ਤੋਂ ਪਹਿਲਾਂ ਜਦੋਂ ਅਸੀਂ ਸ਼ੂਟ ਕੀਤਾ ਸੀਗਾ ਪਹਿਲਾ ਸੀਨ, ਮੈਨੂੰ ਅੱਜ ਤੱਕ ਯਾਦ ਆ, ਉਹ ਥੋੜ੍ਹਾ ਜਿਹਾ ਡਰ ਲੱਗਦਾ ਉਹਨਾਂ ਤੋਂ, ਆਈ ਥਿੰਕ ਸਾਰਿਆਂ ਨੂੰ ਹੀ ਲੱਗਦਾ ਬਿਕੋਜ਼ ਉਹ ਕਾਫੀ ਸਟ੍ਰਿਕਟ ਡਾਇਰੈਕਟਰ ਨੇ, ਤੁਸੀਂ ਸੁਣਿਆ ਹੋਊਗਾ ਬਹੁਤ ਸਟ੍ਰਿਕਟ ਡਾਇਰੈਕਟਰ ਨੇ ਐਕਚੁਅਲੀ ਉਹ। ਅਤੇ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਇਹੀ ਕਿਹਾ ਸੀ ਕਿ ਆਹ ਸੀਨ ਆ ਇੱਦਾਂ ਕਰਨਾ ਅਤੇ ਮੇਰਾ ਟਾਈਮ ਨਾ ਵੇਸਟ ਕਰੀ। ਮੈਂ ਕਿਹਾ ਹੁਣ ਤਾਂ ਕਰਨੀ, ਮੈਂ ਡਰ ਦੇ ਵਿੱਚ ਹੀ ਕਰ ਲਈ ਐਕਟਿੰਗ, ਸੱਚੀ ਦੱਸਾਂ ਹਾਂ, ਅਤੇ ਹਜੇ ਤੱਕ ਉਹ ਡਰ ਚੱਲ ਰਿਹਾ ਆ। ਤਾਂ ਮੈਨੂੰ ਕਦੇ ਕਦੇ ਹਮੇਸ਼ਾ ਇੱਦਾਂ, ਐਕਚੁਅਲੀ ਕਦੇ ਨਹੀਂ, ਹਮੇਸ਼ਾ ਹੀ ਇੱਦਾਂ ਹੁੰਦਾ ਕਿ ਜੋ ਮਤਲਬ ਐਕਟਿੰਗ ਜਾਂ ਕੁਛ ਵੀ ਜਦੋਂ ਉਹ ਦੇਖਣ ਕਿ ਉਹਨਾਂ ਨੂੰ ਮਤਲਬ ਕਦੇ ਵੀ ਇਹ ਨਾ ਹੋਵੇ ਕਿ ਮੈਂ ਡਿਸਅਪੁਆਇੰਟ ਹੋਇਆ ਹਾਂ। ਅਤੇ ਪਰ ਉਹਨਾਂ ਨੇ ਚਲੋ ਅੱਜ ਤੱਕ ਕਿਹਾ ਵੀ ਨਹੀਂ ਹੈ ਮੈਨੂੰ, ਬਟ ਹਾਂ ਇੱਕ ਇੱਕ ਹੁੰਦਾ ਨਾ ਤੁਹਾਡੇ ਮੈਂਟੋਰ, ਤੁਹਾਡੇ ਵੱਡੇ ਭਰਾ ਇੱਕ ਹੁੰਦਾ ਜਿਨ੍ਹਾਂ ਨੇ ਤੁਹਾਨੂੰ ਮਤਲਬ ਉਹ ਮੌਕਾ ਦਿੱਤਾ ਹੁੰਦਾ, ਸੋ ਉਹਨਾਂ ਦੀ ਐਕਸਪੈਕਟੇਸ਼ਨਸ ਹੁੰਦੀਆਂ ਹੀ ਨੇ ਹਮੇਸ਼ਾ। ਯਾਰ ਮੈਂ ਨਾ ਇੱਕ ਚੀਜ਼ ਜਾਣਨੀ ਚਾਹੁੰਦਾ ਹਾਂ, ਮੈਨੂੰ ਐਕਸਾਈਟਮੈਂਟ ਇਸ ਚੀਜ਼ ਦੀ ਆ ਬਿਕੋਜ਼ ਜਿਵੇਂ ਜਿਵੇਂ ਅਸੀਂ ਜਦੋਂ ਦੇਖਦੇ ਹਾਂ ਨਾ ਕਿ 2, 4, 5, 7, 8 ਸਾਲ ਪਹਿਲਾਂ, ਜਿਵੇਂ ਮੈਂ ਜਸਵੀਰ ਨੂੰ ਵੀ ਕੱਲ੍ਹ ਸੇਮ ਕੁਸ਼ਚਨ ਪੁੱਛਿਆ, ਮੈਂ ਕਿਹਾ ਉਹੀ ਸੇਮ ਸਵਾਲ ਮੇਰਾ ਤੁਹਾਨੂੰ, ਮੈਂ ਉਹਨਾਂ ਨੂੰ ਕਿਹਾ ਸੀਗਾ, ਮੈਂ ਕਿਹਾ ਵੀਰੇ ਜਦੋਂ ਤੁਸੀਂ ਐਜ਼ ਅ ਸਿੰਗਰ ਯੂਨੋ ਐਂਟਰ ਕਰਦੇ ਹੋ ਇੰਡਸਟਰੀ 'ਚ, ਸਿੰਗਰ ਦੀ ਜਰਨੀ ਨਹੀਂ ਪਤਾ ਕੀ ਹੁੰਦੀ ਹੈ, ਹੈ ਨਾ, ਐਂਡ ਸਿੰਗਰ ਤੋਂ ਜਦੋਂ ਬੰਦਾ ਐਕਟਰ ਬਣਦਾ ਉਹਦੀ ਜਰਨੀ ਨਹੀਂ ਪਤਾ ਕੀ ਹੁੰਦੀ ਹੈ, ਕਿਆ ਪਤਾ ਤੁਹਾਡੀ ਕਿਸਮਤ ਦਾ ਮੁੱਲ 2 ਸਾਲ 'ਚ ਪੈਣਾ, 3 ਸਾਲ 'ਚ ਪੈਣਾ, 5 ਸਾਲ 'ਚ ਪੈਣਾ, 10 ਸਾਲ 'ਚ ਪੈਣਾ, ਹੈ ਨਾ, ਵੀ ਜਸਵੀਰ ਦੀ ਜ਼ਿੰਦਗੀ 'ਚ ਲੰਮੇ ਸਮੇਂ ਤੋਂ ਬਾਅਦ ਇੱਦਾਂ ਦੀ ਬ੍ਰੇਕ ਮਿਲੀ ਐਕਟਿੰਗ ਵਾਲੀ, ਹੈ ਨਾ, ਅਤੇ ਤੁਹਾਡਾ ਤੁਹਾਡੇ ਕੋਲ ਮੇਰਾ ਸੇਮ ਸਵਾਲ ਆ, ਤੁਹਾਡੀ ਜਦੋਂ ਪਹਿਲੀ ਜਰਨੀ ਸੀਗੀ ਰੂਪੀ, ਪਹਿਲੀ ਵਾਰੀ ਕੈਮਰਾ ਕਦੋਂ ਫੇਸ ਕੀਤਾ, ਪਹਿਲੀ ਵਾਰੀ ਇੰਟਰਸਟ ਕਦੋਂ ਪੈਦਾ ਹੋਇਆ ਸੀਗਾ ਕਿ ਮਿਊਜ਼ਿਕ ਇੰਡਸਟਰੀ ਵੱਲ ਜਾਂ ਮਿਊਜ਼ਿਕ ਵੱਲ, ਇਹ ਕਦੋਂ ਸ਼ੁਰੂ ਹੋਇਆ ਸੀ? ਜੀ ਇਹ ਬਾਈ ਚਾਂਸ ਹੀ ਹੋਇਆ ਸੀ ਬਿਕੋਜ਼ ਮੈਂ ਪਹਿਲਾਂ ਵੀ ਇੰਟਰਵਿਊ 'ਚ ਦੱਸਿਆ ਕਿ ਅਸੀਂ ਨਾ ਔਨ ਸੈਟ ਕੰਮ ਕਰਦੇ ਹੁੰਦੇ ਸੀ ਸੁਖਵੀਰੇ ਉਹਨਾਂ ਨਾਲ, ਮਤਲਬ ਪ੍ਰੋਡਕਸ਼ਨ 'ਚ। ਹਾਂਜੀ, ਅਤੇ ਉਹਨਾਂ ਨੂੰ ਇੱਕ ਦਿਨ ਮਤਲਬ ਉਹਨਾਂ ਕੋਈ ਮਾਡਲ ਨਹੀਂ ਮਿਲ ਰਹੀ ਸੀ ਉਹਨਾਂ ਨੂੰ, ਸੋ ਉਹਨਾਂ ਨੂੰ ਲਾਸਟ ਮਿੰਟ ਕੋਈ ਲੈਣਾ ਪਿਆ, ਅਤੇ ਉਦੋਂ ਮੈਨੂੰ ਤਾਂ ਨਹੀਂ ਲੱਗਦਾ ਸੀ ਮੈਂ ਮੋਟੀ ਹਾਂ, ਬਟ ਉਦੋਂ ਉਹ ਕਹਿੰਦੇ ਸੀਗੇ ਵੀ ਸੁੱਖ ਨੇ ਕਿਹਾ, ਕਹਿੰਦਾ ਯਾਰ ਹੈਗੀ ਤਾਂ ਤੂੰ ਮੋਟੀ ਹਾਂ ਪਰ ਰੂਪੀ ਆਪਾਂ ਨੂੰ ਲੋੜ ਆ, ਕੋਈ ਮਾਡਲ ਨਹੀਂ ਮਿਲ ਰਹੀ ਸੀ ਉਦੋਂ, ਸੋ ਉਹਨਾਂ ਨੇ ਮੈਨੂੰ ਲਾਸਟ ਮਿੰਟ ਉਹਨਾਂ ਨੇ ਲੈ ਲਿਆ, ਸੋ ਉਹ ਮੇਰਾ ਫਸਟ ਟਾਈਮ ਸੀ ਡਰ ਦੇ ਵਿੱਚ ਹੀ ਮੈਂ ਐਕਟਿੰਗ ਕੀਤੀ ਜਦੋਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮੇਰਾ ਟਾਈਮ ਨਾ ਵੇਸਟ ਕਰੀ।
ਤੇ ਸੋ ਉਹ ਮੇਰਾ ਫਸਟ ਟਾਈਮ ਸੀਗਾ ਤੇ ਮੈਨੂੰ ਮਜ਼ਾ ਵੀ ਬਹੁਤ ਆਇਆ ਸੀਗਾ ਕਿਉਂਕਿ ਪੜ੍ਹਾਈ 'ਚ ਮੈਂ ਬਿਲਕੁਲ ਵੀ ਵਧੀਆ ਨਹੀਂ, ਬਿਲਕੁਲ ਵੀ ਮੇਰਾ ਧਿਆਨ ਨਹੀਂ ਸੀਗਾ. ਹਾਂ ਮੇਰਾ ਨਾ ਟੈਲੈਂਟਡ ਲੋਕ ਹੁੰਦੇ ਨਾ ਪੜ੍ਹਾਈ 'ਚ ਵਧੀਆ ਨਹੀਂ ਹੁੰਦੇ, ਆ ਬਾਅਦ 'ਚ ਇੱਦਾਂ ਕਹਿ ਦਿਓ, ਬਿਲਕੁਲ ਵੀ ਇੰਟਰਸਟ ਨਹੀਂ ਹੈਗਾ ਮੇਰਾ ਨਾ ਮੈਨੂੰ ਸੀਗਾ ਅਤੇ ਉਸ ਕਰਕੇ ਤੋਂ ਮੈਂ ਕਿਹਾ ਇਹ ਤਾਂ ਮਤਲਬ ਫਨ ਹੀ ਬਹੁਤ ਆ ਤਾਂ ਕਰਕੇ ਜੀ ਸਵਾਦ ਪੂਰਾ ਹੈ ਜੀ, ਬਹੁਤ ਸਵਾਦ ਜੀ. ਐਂਡ ਜਿਵੇਂ ਜਿਵੇਂ ਰੂਪੀ ਚੀਜ਼ਾਂ ਮਿਲਦੀਆਂ ਗਈਆਂ ਸਮੇਂ ਦੇ ਨਾਲ ਨਾਲ, ਜਿਵੇਂ ਤੁਸੀਂ ਐਂਟਰ ਹੁੰਦੇ ਗਏ ਫੀਲਡ ਵਿੱਚ ਗਾਣੇ ਕਰਦੇ ਰਹੇ, ਐਂਡ ਜਦੋਂ ਗਾਣਾ ਆਉਂਦਾ ਸੀਗਾ ਤੁਹਾਡਾ ਉਹ ਫੀਲ ਕਿੱਦਾਂ ਦਾ ਹੁੰਦਾ ਸੀਗਾ? ਬਿਕੋਜ਼ ਪ੍ਰੋਡਕਸ਼ਨ 'ਚੋਂ ਇੱਕ ਸਡਨਲੀ ਹਾਇਰ ਹੋਣਾ, ਹਾਇਰ ਹੋ ਕੇ ਇੱਕ ਮਾਡਲ ਦੇ ਬਿਹਾਫ 'ਤੇ ਕੰਮ ਕਰਨਾ, ਹੁਣ ਮਾਡਲ ਦੇ ਬਿਹਾਫ 'ਤੇ ਹੁਣ ਇੱਕ ਐਕਟਰ ਦੇ ਬਿਹਾਫ 'ਤੇ ਕੰਮ ਕਰਨਾ, ਇਹ ਜਿਹੜਾ ਸਟੈਪ ਬਾਏ ਸਟੈਪ ਰੂਪੀ ਨੇ ਜੋ ਚੀਜ਼ਾਂ ਫੀਲ ਕੀਤੀਆਂ ਨੇ, ਆਈ ਥਿੰਕ ਉਹ ਇਨਸਾਨ ਜਦੋਂ ਫੀਲ ਕਰਦਾ ਮੇ ਬੀ ਸ਼ਾਇਦ ਤੁਸੀਂ ਐਕਸਪ੍ਰੈਸ ਨਾ ਕਰ ਪਾਓ, ਬਟ ਮੈਂ ਚਾਹੁੰਦਾ ਹਾਂ ਬੇਸ਼ੱਕ ਕੁਛ ਮੈਂ ਚਾਹੁੰਦਾ ਵੀ ਕੁਛ ਇੱਦਾਂ ਦੀ ਚੀਜ਼ਾਂ ਮੈਂ ਸੁਣਨਾ ਚਾਹੁੰਦਾ ਕਿ ਜਿਹੜੀਆਂ ਔਨ ਦਾ ਸਪੋਰਟ ਤੁਹਾਨੂੰ ਫੀਲ ਹੋਈਆਂ, ਕਿਉਂਕਿ ਅੱਜ ਇੱਕ ਇੱਕ ਨੈਕਸਟ ਲੈਵਲ ਚੀਜ਼ ਹੋਈ ਹੈ ਹੈ ਨਾ ਤੁਹਾਡੀ ਜ਼ਿੰਦਗੀ 'ਚ ਹੋਣ ਜਾ ਰਹੀ ਆ, ਅਗਰ ਹਿੱਟ ਹੋ ਜਾਵੇ ਤਾਂ ਗ੍ਰਾਫ ਤੁਹਾਡਾ ਜ਼ਿਆਦਾ ਹੋਣਾ ਹੋਣਾ ਆ, ਬਹੁਤ ਵੱਡਾ ਵਧੂਗਾ, ਪੂਰੀ ਟੀਮ ਦਾ ਡੈਫੀਨੇਟਲੀ ਐਫਰਟ ਆ, ਬਟ ਇਹ ਜਰਨੀ ਬਹੁਤ ਕਮਾਲ ਮੈਨੂੰ ਲੱਗਦੀ ਆ ਜੀ. ਮੈਂ ਕਦੇ ਸੱਚੀ ਦੱਸਾਂ ਮੈਂ ਇੱਦਾਂ ਸੋਚਿਆ ਨਹੀਂ ਆ ਬੈਠ ਕੇ ਕਿ ਇੱਥੋਂ ਇੱਦਾਂ 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 ਇੱਦਾਂ, ਕਿਉਂਕਿ ਜੇ ਮੈਂ ਸੋਚਣਾ ਸ਼ੁਰੂ ਕਰਦਾ ਨਾ ਫਿਰ ਥੋੜ੍ਹਾ ਜਿਹਾ ਓਵਰਵੈਲਮਿੰਗ ਫੀਲ ਹੋਣ ਲੱਗ ਜਾਂਦਾ ਅਤੇ ਤੁਸੀਂ ਨਾ ਇੱਕ ਪ੍ਰੈਸ਼ਰ ਜਿਹਾ ਬਣਾ ਲੈਂਦੇ ਹੋ ਆਪਦੇ ਦਿਮਾਗ 'ਚ ਕਿ ਤੁਸੀਂ ਆਪਦੇ ਆਪ ਨੂੰ ਬਹੁਤ ਸੀਰੀਅਸ ਲੈਣ ਲੱਗ ਜਾਂਦੇ ਹੋ ਕਿ ਅੱਛਾ ਮੈਂ ਤਾਂ ਇੱਥੋਂ ਫਿਰ ਇੱਦਾਂ ਇੱਦਾਂ. ਜੇ ਤੁਸੀਂ ਫਲੋ ਕਰੀ ਜਾਓ ਨਾਲ ਦੀ ਨਾਲ ਜੋ ਵੀ ਮਿਲ ਰਿਹਾ ਤੁਸੀਂ ਮਤਲਬ ਟਰਾਈ ਕੋਸ਼ਿਸ਼ ਕਰੋ ਕਿ ਵਧੀਆ ਡਿਸੀਜਨ ਲਓ ਅਤੇ ਆਈ ਥਿੰਕ ਬੈਟਰ ਰਹਿੰਦਾ ਆ. ਬਟ ਹਾਂਜੀ ਇੱਕ ਇੱਕ ਜੇ ਤੁਸੀਂ ਪਿੱਛੇ ਮੁੜ ਕੇ ਕਦੇ ਕਦੇ ਆਪਾਂ ਦੇਖਦੇ ਹਾਂ ਅਤੇ ਕੋਸ਼ਿਸ਼ ਕਰਦੇ ਕਿ ਆਪਾਂ ਪ੍ਰਾਊਡ ਹੀ ਹੁੰਦੇ ਹਾਂ ਅਤੇ ਇੱਕ ਗ੍ਰੇਟਫੁਲਨੈਸ ਹੁੰਦੀ, ਪ੍ਰਾਊਡ ਤੋਂ ਜ਼ਿਆਦਾ ਆਈ ਥਿੰਕ ਗ੍ਰੇਟਫੁਲਨੈਸ ਹੁੰਦੀ ਹੈ ਕਿ ਰੱਬ ਨੇ ਇੱਥੇ ਤੱਕ ਪਹੁੰਚਾ ਤਾ. ਕਦੇ ਪਤਾ ਵੀ ਨਹੀਂ ਸੀਗਾ ਕਿਉਂਕਿ ਮੈਂ ਆਈ ਥਿੰਕ ਪਹਿਲਾਂ ਵੀ ਕਿਹਾ ਕਿ ਫਿਲਮਸ ਇੰਟਰਵਿਊਜ਼ ਜਾਂ ਕੁਛ ਵੀ ਚੀਜ਼ਾਂ ਬਹੁਤ ਦੂਰ ਲੱਗਦੀਆਂ ਤੁਹਾਨੂੰ ਟੀ ਵੀ 'ਤੇ ਆਉਣਾ, ਬਹੁਤ ਤੁਹਾਨੂੰ ਲੱਗਦਾ ਨਹੀਂ ਕਿ ਇਹ ਪੋਸੀਬਲ ਹੋ ਸਕਦਾ. ਸੋ ਆਈ ਥਿੰਕ ਇੱਥੇ ਮੈਂ ਇੱਕ ਵਿਸ਼ਵਾਸ ਦੀ ਉਹ ਗੱਲ ਕਰਨਾ ਚਾਹੂੰਗੀ, ਜਦੋਂ ਤੁਸੀਂ ਫੇਥ ਰੱਖਦੇ ਹੋ ਇੱਕ ਹਾਇਰ ਪਾਵਰ 'ਚ ਰੱਬ 'ਚ ਜੋ ਵੀ ਉਹ ਤੁਹਾਡੇ ਲਈ ਹੈਗਾ ਆ, ਹਰ ਇੱਕ ਦਾ ਡਿਫਰੈਂਟ ਹੁੰਦਾ ਤਾਂ ਆਫਕੋਰਸ ਕੁਛ ਮਤਲਬ ਲਾਈਫ 'ਚ ਵਧੀਆ ਚੀਜ਼ਾਂ ਹੁੰਦੀਆਂ ਹੀ ਹੁੰਦੀਆਂ ਨੇ ਜੀ. ਐਂਡ ਪੇਰੈਂਟਸ ਦਾ ਰੂਪੀ ਮਦਰ ਦਾ ਫੀਲ ਕਿਵੇਂ ਸੀ? ਬਿਕੋਜ਼ ਮੈਨੂੰ ਨਾ ਆਈ ਥਿੰਕ ਸੈਮ ਨੇ ਕਿਹਾ ਸੀਗਾ, ਮੈਂ ਸੁਖਵੀਰ ਅਤੇ ਸੈਮ ਆਪਾਂ ਮਿਲੇ ਸੀਗੇ ਇਹ ਕੁਛ 2-3 ਮਹੀਨੇ ਪਹਿਲਾਂ, ਤਾਂ ਮੈਨੂੰ ਸੈਮ ਨੇ ਕਿਹਾ ਸੀਗਾ, ਕਹਿੰਦਾ ਵੀ ਜਦੋਂ ਅਸੀਂ ਹੁੰਦੇ ਸੀਗੇ ਤਾਂ ਮੈਂ ਰੂਪੀ ਨੂੰ ਨਾ ਇੱਕ 2 ਵਾਰ ਲੈ ਕੇ ਇਮੋਸ਼ਨਲ ਕੁਛ ਗੱਲ ਕਰਦੇ ਦੇਖਿਆ ਸੀਗਾ, ਸਮਥਿੰਗ ਕੁਛ ਆਈ ਡੋਂਟ ਨੋ ਮੇ ਬੀ ਸ਼ਾਇਦ ਉਹ ਪਤਾ ਨਹੀਂ ਕਦੋਂ ਦੀ ਗੱਲ ਕਰ ਰਹੀ ਸੀ, ਕਹਿੰਦੇ ਮੈਂ ਕੁਛ ਇਮੋਸ਼ਨਲ ਗੱਲ ਕਰਦਾ ਮੰਮੀ ਨਾਲ ਗੱਲ ਕਰ ਰਹੇ ਸੀਗੇ ਕਿ ਮੰਮੀ ਕੰਮ ਹੁਣ ਘੈਂਟ ਹੋ ਗਿਆ, ਸਮਥਿੰਗ ਕੁਛ ਵਧੀਆ ਹੋ ਗਿਆ ਸ਼ੁਕਰ ਆ, ਤਾਂ ਮੈਨੂੰ ਸੈਮ ਦੀ ਗੱਲ ਗਈ ਸੀਗੀ, ਤਾਂ ਮੈਂ ਕਿਹਾ ਚਲੋ ਲਾਸਟ 'ਤੇ ਮਿਲੇ ਸੀਗੇ ਮੈਂ ਗੱਲ ਪੁੱਛੀ ਨਹੀਂ, ਮੈਂ ਕਿਹਾ ਚਲੋ ਹੁਣ ਰੂਪੀ ਨੂੰ ਥੋੜ੍ਹਾ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਪੁੱਛੂੰਗਾ ਵੀ ਐਕਚੁਅਲ 'ਚ ਆਪਣਾ ਫੀਲ ਤਾਂ ਦੱਸ ਕਰਦੇ ਜਦੋਂ ਮਦਰ ਹੋਰੀ ਨਾਲ ਬਹਿੰਦੇ ਹੈਗੇ ਕਿ ਇੱਕ ਨਾ ਮਾਂ ਅਤੇ ਧੀ ਦਾ ਬੋਂਡ ਉਹ ਵੱਖਰਾ ਹੁੰਦਾ ਆ. ਕਿ ਮੈਂ ਜਦੋਂ ਕਦੇ ਕਦੇ ਮੈਨੂੰ ਨਾ ਇਕੱਲਾ ਮਤਲਬ ਲੋਨਲੀ ਬਹੁਤ ਫੀਲ ਹੁੰਦਾ ਸਮਟਾਈਮਸ, ਕਿਉਂਕਿ ਤੁਸੀਂ ਇੰਨਾ ਟਰੈਵਲ ਕਰਦੇ ਹੋ ਜਾਂ ਦੂਰ ਹੁੰਦੇ ਹੋ ਅਤੇ ਕੋਂਸਟੈਂਟਲੀ ਮਾਇੰਡ ਤੁਹਾਡਾ ਫਾਈਟ ਕਰਦਾ ਰਹਿੰਦਾ ਕਿ ਇੱਕ ਲੋਨਲੀਨੈਸ, ਪਰ ਫਿਰ ਤੁਹਾਨੂੰ ਇਹ ਵੀ ਹੁੰਦਾ ਕਿ ਮੈਂ ਗ੍ਰੇਟਫੁਲ ਵੀ ਹਾਂ ਅਤੇ ਤੁਹਾਨੂੰ ਉਹਦੇ ਵਿੱਚ ਵਿੱਚ ਤੁਸੀਂ ਫਾਈਟ ਕਰਦੇ ਰਹਿੰਦੇ ਹੋ ਆਪਣੇ ਆਪ ਨਾਲ ਕਿ ਨਹੀਂ ਲੋਨਲੀ ਨਹੀਂ ਫੀਲ ਕਰਨਾ, ਆਹ ਦਿੱਕ ਮਿਲਿਆ, ਬਟ ਫਿਰ ਵੀ ਜੋ ਫੀਲਿੰਗਸ ਆ ਉਹ ਆ ਜਾਂਦੇ ਆ. ਸੋ ਆਈ ਥਿੰਕ ਮੈਂ ਆਪਦੀ ਮੰਮੀ ਨੂੰ ਮਤਲਬ ਮੋਟੀਵੇਟ ਹੀ ਕੀਤਾ ਹੋਣਾ ਕਿਉਂਕਿ ਉਹਨਾਂ ਨੂੰ ਉਹ ਮੋਟੀਵੇਟ ਘੱਟ ਕਰਦੇ, ਮੈਨੂੰ ਉਹਨਾਂ ਨੂੰ ਜ਼ਿਆਦਾ ਕਰਨਾ ਪੈਂਦਾ ਕਿਉਂਕਿ ਉਹ ਮੇਰੇ ਤੋਂ ਵੀ ਜ਼ਿਆਦਾ ਇਮੋਸ਼ਨਲ ਅਤੇ ਓਵਰ ਸੈਂਸਿਟਿਵ ਨੇ. ਸੋ ਜਦੋਂ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਆਉਣਾ ਵੀ ਇੰਡੀਆ, ਮੈਂ ਇੱਕ ਮੰਥਲੀ ਜਾਣਾ, ਸਭ ਤੋਂ ਪਹਿਲਾਂ ਉਹਨਾਂ ਦਾ ਇਹੀ ਹਾਏ ਹਾਏ ਅੱਛਾ, ਮੈਂ ਫਿਰ ਕਹਿੰਦੀ ਮੰਮੀ ਇੱਦਾਂ ਨਾ ਕਹੋ ਕਿ ਮਤਲਬ ਇੱਦਾਂ ਕਿਉਂ, ਪਰ ਇੱਕ ਹਾਂ ਇੱਕ ਥੋੜ੍ਹਾ ਜਿਹਾ ਫੀਲ ਹੁੰਦਾ. ਸੋ ਸ਼ਾਇਦ ਮੈਂ ਉਹਨਾਂ ਨੂੰ ਮੋਟੀਵੇਟ ਕਰ ਰਹੀ ਸੀ ਕਿ ਕੋਈ ਨਾ ਮੰਮੀ ਆਪਾਂ ਹੋ ਸਕਦਾ ਜੀ. ਐਂਡ ਇਸ ਫਿਲਮ ਦਾ ਰੂਪੀ, ਬਿਕੋਜ਼ ਜਦੋਂ ਤੁਸੀਂ ਇੱਕ ਫਿਲਮ 'ਚ ਐਜ਼ ਐਨ ਐਕਟਰ ਤੌਰ 'ਤੇ ਕੰਮ ਕਰਦੇ ਹੋ ਠੀਕ ਹੈ, ਕੌਮੇਡੀ ਕਰਦੇ ਹੋ ਠੀਕ ਹੈ,
ਬਟ ਜਦੋਂ ਤੁਸੀਂ ਇੱਕ ਪਰਫੋਰਮੈਂਸ ਬੇਸਡ ਕੰਮ ਕਰਦੇ ਹੋ ਤਾਂ ਇੱਕ ਰਿਸਪੋਂਸੀਬਿਲਿਟੀ ਹੁੰਦੀ ਹੁੰਦੀ ਹੈ, ਕਿਉਂਕਿ ਮੇਰੇ ਖਿਆਲ ਤੋਂ ਜਿੱਦਾਂ ਦੀ ਫਿਲਮ ਜਿੱਦਾਂ ਦਾ ਕੋਨਸੈਪਟ ਇਹ ਹੈਗਾ, ਲੋਕਾਂ ਨੂੰ ਬਹੁਤ ਜ਼ਿਆਦਾ ਕਿਉਰੀਓਸਿਟੀ ਹੈਗੀ ਹੈ ਕਿ ਐਕਚੁਅਲ 'ਚ ਯਾਰ ਧੁਨੀ ਚੰਦ ਨੇ ਕੀਤਾ ਕੀ ਸੀ ਆਪਣੀ ਸੱਤਵੀਂ ਕੁੜੀ ਨਾਲ। ਐਂਡ ਆਈ ਥਿੰਕ ਕਿਉਂਕਿ ਜਦੋਂ ਮੈਂ ਸਟੋਰੀ ਸੁਣ ਰਿਹਾ ਸੀਗਾ ਤਾਂ ਮੇ ਬੀ ਸ਼ਾਇਦ ਯੂ ਨੋ ਇਮੋਸ਼ਨਲ ਬੰਦਾ ਹੋ ਜਾਂਦਾ ਆ, ਬਿਕੋਜ਼ ਬਹੁਤ ਸਾਰੇ ਸੀਕੁਐਂਸਿਸ ਇੱਦਾਂ ਦੇ ਹੈਗੇ ਆ ਜਿਹੜੇ ਤੁਹਾਨੂੰ ਇਮੋਸ਼ਨਲ ਕਰਦੇ ਆ। ਐਂਡ ਕਿਉਂਕਿ ਥੋੜ੍ਹੇ ਸਟਾਰਟਿੰਗ ਵਿੱਚ ਹੀ ਇੱਕ ਐਸੇ ਵੱਡੇ ਬਜਟ ਦੀ ਫਿਲਮ ਮਿਲਣਾ ਐਂਡ ਸਪੈਸ਼ਲੀ ਲੀਡ ਦੇ ਕਰੈਕਟਰ ਮਿਲਣਾ, ਸਪੈਸ਼ਲੀ ਇੱਕ ਪਰਫੋਰਮੈਂਸ ਬੇਸਡ ਕਰੈਕਟਰ ਮਿਲਣਾ, ਰੂਪੀ ਨੂੰ ਪ੍ਰੈਸ਼ਰਾਈਜ਼ ਫੀਲ ਹੋਇਆ ਸੀ ਜਾਂ ਰੂਪੀ ਓਕੇ ਸੀਗੀ ਕਿ ਹਾਂ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਮੈਨੂੰ ਪਤਾ ਆ? ਆਈ ਥਿੰਕ ਤੁਹਾਨੂੰ ਜਵਾਬ ਪਤਾ ਹੋਊਗਾ ਇਹਦਾ। ਆਫ ਕੋਰਸ ਪ੍ਰੈਸ਼ਰ ਫੀਲ ਹੋਇਆ, ਮਤਲਬ ਇੰਨੀ ਮੈਂ ਓਵਰ ਕੋਨਫੀਡੈਂਟ ਜਾਂ ਕੋਨਫੀਡੈਂਟ ਨਹੀਂ ਹੈਗੀ ਕਿ ਮੈਂ ਕਹਾਂ ਕਿ ਆ ਮਿਲ ਗਈ ਕੋਈ, ਬਿਲਕੁਲ ਵੀ ਨਹੀਂ। ਮਤਲਬ ਤੁਹਾਨੂੰ ਫੀਲ ਹੁੰਦਾ ਤੁਹਾਨੂੰ ਮੋਰ ਦੈਨ ਹਾਈ ਬਜਟ, ਮੋਰ ਦੈਨ ਇੱਕ ਮੇਨ ਲੀਡ, ਉਹ ਸਾਰੀਆਂ ਗੱਲਾਂ ਇੱਕ ਪਾਸੇ, ਤੁਹਾਨੂੰ ਇੱਕ ਜੋ ਕਿਰਦਾਰ ਆ ਬੀਬੀ ਰਜਨੀ ਜੀ ਦਾ, ਉਹ ਬਹੁਤ ਵੱਡੀ ਰਿਸਪੋਂਸੀਬਿਲਟੀ ਹੈ ਇੱਕ, ਅਤੇ ਜੋ ਉਹ ਸੀਗੇ ਉਹ ਤਾਂ ਮੈਂ ਕਦੇ ਬਣ ਹੀ ਨਹੀਂ ਸਕਦੀ ਜ਼ਿੰਦਗੀ 'ਚ, ਅਤੇ ਪਰ ਇੱਕ ਉਹਨਾਂ ਦਾ ਕਿਰਦਾਰ ਨਿਭਾਉਣਾ ਅਤੇ ਆਡੀਅੰਸ ਤੱਕ ਪਹੁੰਚਾਉਣਾ, ਉਹ ਬਹੁਤ ਇੱਕ ਤੁਹਾਨੂੰ ਰਿਸਪੋਂਸੀਬਿਲਟੀ, ਅਤੇ ਇੱਕ ਹੁਣ ਵੀ ਥੋੜ੍ਹਾ ਜਿਹਾ ਡਰ ਹੈਗਾ ਪਰ ਇੱਕ ਮਾਣ ਵਾਲੀ ਵੀ ਗੱਲ ਬਹੁਤ ਮਹਿਸੂਸ ਹੁੰਦੀ ਹੈ ਕਿ ਮਤਲਬ ਇੱਕ ਕਿ ਸਾਨੂੰ ਮੈਨੂੰ ਨਿਭਾਉਣ ਦਾ ਮੌਕਾ ਮਿਲਿਆ। ਬਟ ਹਾਂ ਇਹ ਜ਼ਰੂਰ ਹੈ ਕਿ ਜੋ ਆਡੀਅੰਸ ਦੀ ਉਮੀਦ ਆ ਉਹ ਕਿਤੇ ਮਤਲਬ 19 ਨਾ ਹੋ ਜਾਵੇ ਕਦੇ ਵੀ, ਮਤਲਬ ਇਹ ਜ਼ਰੂਰ ਡਰ ਰਹਿੰਦਾ, ਆਈ ਥਿੰਕ ਹਰ ਇੱਕ ਇਨਸਾਨ ਨੂੰ ਡਰ ਰਹਿੰਦਾ ਹੋਊਗਾ, ਸੋ ਇਹ ਜ਼ਰੂਰ ਸੀਗਾ ਜੀ। ਫੇਮ ਨੂੰ ਕਿੰਨਾ ਇੰਜੋਏ ਕਰ ਰਹੇ ਹੋ? ਫੇਮ ਨੂੰ ਬਹੁਤ ਵਧੀਆ ਸਵਾਲ ਹੈ। ਫੇਮ ਨੂੰ ਸੱਚੀ ਦੱਸਾਂ ਓਨੈਸਟੀ ਦੇ ਨਾਲ, ਮੈਨੂੰ ਕਦੇ ਵੀ ਫੀਲ ਨਹੀਂ ਹੁੰਦਾ ਕਿ ਫੇਮ ਹੈਗਾ। ਕਿਉਂ ਨਹੀਂ ਹੁੰਦਾ ਯਾਰ? ਨਹੀਂ ਹੁੰਦਾ ਬਿਕਾਜ਼ ਕਿਉਂਕਿ ਮੈਂ ਫੇਮਲੀ, ਆਈ ਥਿੰਕ ਫੇਮਲੀ ਮੈਂ ਕੀਤਾ ਵੀ ਨਹੀਂ ਸੀਗਾ ਇਨ ਅ ਸੈਂਸ ਕਿ ਇੱਕ ਇਹ ਸੀਗਾ ਕਿ ਐਕਟਿੰਗ ਮੈਨੂੰ ਕਰਨੀ ਵਧੀਆ ਲੱਗਦੀ ਆ, ਮੈਨੂੰ ਮਜ਼ਾ ਆਉਂਦਾ ਐਕਟਿੰਗ ਕਰਨ 'ਚ, ਪੜ੍ਹਾਈ 'ਚ ਮੈਂ ਇੰਨੀ ਵਧੀਆ ਨਹੀਂ ਹੈਗੀ ਅਤੇ ਜੇ ਮੌਕਾ ਮਿਲਿਆ ਉਹ ਕਰ ਰਿਹਾ। ਅਤੇ ਆਈ ਡੋਂਟ ਥਿੰਕ ਫੇਮ, ਆਈ ਵੁੱਡ ਸੇ ਪਿਆਰ ਮਿਲਦਾ ਆ ਆਡੀਅੰਸ ਤੋਂ ਜਦੋਂ ਵੀ ਮਿਲਦੇ ਆ ਕਿਸੇ ਨੂੰ ਵੀ, ਅਤੇ ਉਸ ਚੀਜ਼ ਨੂੰ ਮੈਂ ਬਹੁਤ ਇੰਜੋਏ ਕਰਦੀ ਹਾਂ। ਕਈ ਵਾਰ ਨਾ ਸਮ ਟਾਈਮ ਅਸੀਂ ਨਾ ਯੂ ਨੋ ਸਾਨੂੰ ਨਾ ਆਪਦੀ ਮਤਲਬ ਕਿ ਸਟਾਰਡਮ ਦਾ ਕਈ ਵਾਰ ਪਤਾ ਨਹੀਂ ਹੁੰਦਾ, ਤਾਂ ਡੈਫੀਨੇਟਲੀ ਰੱਬ ਕਦੀ ਮੈਨੂੰ ਬਖਸ਼ੇ, ਮੈਂ ਤਾਂ ਸੋਚਿਆ ਮੈਂ ਕਿਹਾ ਪੂਰਾ ਇੰਜੋਏ ਕਰਨਾ, ਕਿਉਂਕਿ ਨਾ ਮੈਂ ਨਾ ਰੀਸੈਂਟਲੀ ਹੁਣ ਦੇਖਿਆ ਸ਼ਹਿਨਾਜ਼ ਨੂੰ ਨਾ ਇੱਕ ਵਾਰੀ ਪੁੱਛਿਆ, ਕੁਸ਼ਚਨ ਪੁੱਛਿਆ ਵੀ ਫੈਮਿਲੀ ਫੇਮ ਨੂੰ ਕਿਵੇਂ ਇੰਜੋਏ ਕਰ ਰਹੀ ਹੈ, ਤੁਸੀਂ ਕਿਵੇਂ ਕਰ ਰਹੇ ਹੋ? ਕਹਿੰਦੇ ਮੇਰਾ ਤਾਂ ਪਤਾ ਨਹੀਂ, ਮੇਰਾ ਟੱਬਰ ਪੂਰਾ ਇੰਜੋਏ ਕਰ ਰਿਹਾ। ਕਹਿੰਦੇ ਮੇਰੀ ਮੰਮੀ ਨੇ ਮੇਰੇ ਬ੍ਰਦਰ ਉਹ ਪੂਰਾ ਮੇਰੇ ਫੇਮ ਦਾ ਫਾਇਦਾ ਚੱਕ ਰਿਹਾ। ਸ਼ਹਿਨਾਜ਼ ਨੇ ਕਿਹਾ ਜੀ, ਬਹੁਤ ਵਧੀਆ ਗੱਲ ਹੈ, ਬਹੁਤ ਘੈਂਟ ਗੱਲ ਆ। ਮੇਰੀ ਤਾਂ ਮੰਮੀ, ਮੈਨੂੰ ਲੱਗਦਾ ਮੇਰੀ ਤਾਂ ਮੰਮੀ, ਮੈਨੂੰ ਲੱਗਦਾ ਉਹਨਾਂ ਨੂੰ ਸ਼ੁਰੂ ਤੋਂ ਹੀ ਉਹ ਲੱਗਦਾ ਕਿ ਉਹ ਮੇਨ ਕਰੈਕਟਰ ਨੇ, ਕਿ ਸੱਚੀ ਕਿ ਮਤਲਬ ਜੇ ਅਸੀਂ ਕਦੇ ਕਿਸੇ ਨਾਲ ਫੋਟੋ ਵੀ, ਜੇ ਕੋਈ ਵੀ ਫੋਟੋ ਕਰਾਉਣੀ ਹੋਵੇ ਜਾਂ ਮੇਰੀ ਮੰਮੀ ਹਮੇਸ਼ਾ ਕੋਈ, ਹਾਂਜੀ ਬੇਟਾ ਇੱਕ ਸੈਕਿੰਡ ਵੇ, ਮੈਂ ਕਹੂੰ ਮੰਮਾ ਤੁਹਾਨੂੰ ਥੋੜ੍ਹਾ ਹੋ ਗਿਆ, ਸੱਚੀ ਇੱਦਾਂ ਹੁੰਦਾ, ਸੱਚੀ ਹੁੰਦਾ, ਤੁਸੀਂ ਮੇਰੀ ਮੰਮੀ ਨੂੰ ਮਿਲੋਗੇ ਨਾ ਤੁਹਾਨੂੰ ਲੱਗਣਾ ਕਿ ਹਾਂ ਕਿ ਓਕੇ ਬੇਟਾ, ਜੇ ਕੋਈ ਕਹਿ ਦੇਵੇ ਤੁਸੀਂ ਬਹੁਤ ਯੂ ਨੋ ਤੁਸੀਂ ਨਾਈਸ ਸਮਝ ਲਓ, ਕਿਉਂਕਿ ਮੰਮੀ ਨਹੀਂ ਨਾਈਸ, ਮੈਂ ਕਹੂੰਗੀ ਬਟ ਸੋ ਹਾਂ ਮੇਰੀ ਫੈਮਿਲੀ ਸੱਚੀ ਇੰਜੋਏ ਕਰਦੀ ਹੋਊਗੀ। ਹਾਂ ਮੰਮੀ ਜੀ ਸਹੀ ਗੱਲ ਹੈ ਜੀ, ਗੱਲਾਂ ਤੋਂ ਲੱਗਦਾ ਕਿ ਹਾਂ ਕਰਦੀ ਹੋਵੇ। ਨਹੀਂ ਬਟ ਮੈਨੂੰ ਇਹ ਲੱਗਦਾ ਕਿ ਇਸ ਚੀਜ਼ ਨਾਲ ਮੈਂ ਆਈ ਥਿੰਕ ਇੱਕ ਨਾ ਇੱਕ ਇਮੋਸ਼ਨਲ ਚੀਜ਼ ਇਹ ਸੋਚਦਾ ਵੀ ਯਾਰ ਉਹਨਾਂ ਦੇ ਵੀ ਕਿੰਨੇ ਸੋਹਣੇ, ਕਿਉਂਕਿ ਨਾ ਕਦੇ ਉਹਨਾਂ ਨੇ ਐਕਸਪੈਕਟ ਨਹੀਂ ਕੀਤਾ ਹੁੰਦਾ, ਐਕਸਪੈਕਟ ਨਹੀਂ ਕੀਤਾ ਹੁੰਦਾ, ਐਂਡ ਓਵਰ ਪਿਆਰ, ਓਵਰ ਇੰਪੋਰਟੈਂਸ ਹੈ ਨਾ, ਜਦੋਂ ਤੁਹਾਨੂੰ ਇੱਕ ਇੱਕ ਸੈਲੀਬ੍ਰਿਟੀ ਇੱਕ ਸਟਾਰ ਬਣਨ ਤੋਂ ਬਾਅਦ ਮਿਲਦੀ ਆ, ਜਦੋਂ ਤੁਹਾਡੇ ਫੈਮਿਲੀ 'ਚ ਹੈ ਨਾ ਥੋੜ੍ਹਾ ਮਾਂ, ਥੋੜ੍ਹਾ ਪੋਤੇ ਆ, ਥੋੜ੍ਹੀ ਧੀ, ਥੋੜ੍ਹਾ ਹੈ ਨਾ ਵੀ ਜਦੋਂ ਅੱਛੇ ਲੈਵਲ ਦਾ ਕੰਮ ਕਰ ਰਿਹਾ, ਸਪੈਸ਼ਲੀ ਫੇਮਿਜ਼ਮ ਵਾਲੀ ਇੰਡਸਟਰੀ ਵਿੱਚ ਤੁਹਾਡੇ ਕਦੇ ਰਿਲੇਟਿਵ ਗੱਲ ਗੁੱਲ ਹੋਈ ਇੱਦਾਂ ਕਦੀ, ਕੋਈ ਸਡਨਲੀ ਕੋਈ ਡਾਇਰੈਕਟ ਐਕਸਪੀਰੀਅੰਸ ਜਿਹੜਾ ਵਾਕਈ ਰੂਪੀ ਵਾਸਤੇ ਫਨੀਐਸਟ ਰਹੇ? ਨਹੀਂ ਮੈਂ ਸੱਚੀ ਦੱਸਾਂ, ਮੈਂ ਤਾਂ ਸ਼ੁਰੂ ਤੋਂ ਹੀ ਮਤਲਬ ਛੋਟੇ ਹੁੰਦੇ ਤੋਂ ਹੀ ਮੈਨੂੰ ਲੱਗਦਾ ਸੀ ਕਿ ਮੈਂ ਹੀਰੋ ਹਾਂ,
ਮਤਲਬ ਹਾਂ ਇਸ ਪੂਰੀ ਫੈਮਿਲੀ ਦਾ, ਕਿਉਂਕਿ ਐਂਟਰਟੇਨਮੈਂਟ ਮੈਂ ਹੀ ਕਰਦੀ ਨਹੀਂ, ਰੌਣਕ ਮੈਂ ਹੀ ਲਾਉਂਦੀ ਹੁੰਦੀ ਹਾਂ ਕਿਤੇ ਵੀ ਜਾਣਾ ਹੋਵੇ, ਕੋਈ ਵੀ ਵਿਆਹ ਹੋਵੇ ਕੁਛ ਵੀ ਹੋਵੇ, ਅਤੇ ਮੈਨੂੰ ਇੱਦਾਂ ਕੋਈ ਚੇਂਜ ਨਹੀਂ ਮਹਿਸੂਸ ਹੋਇਆ ਕਿ ਕੁਛ ਬਦਲ ਗਿਆ ਜਦੋਂ ਜਦੋਂ ਜੰਮੀ ਸੀ ਉਦੋਂ ਸਟਾਰ ਸੀ ਆ ਸ਼ੁਰੂ ਤੋਂ ਫੀਲਿੰਗ ਉਹੀ ਲਈ ਹੋਈ ਆ। ਗ੍ਰੇਟ। ਐਂਡ ਕਦੀ ਰੂਪੀ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਕਿਵੇਂ ਕਿ ਕੰਮ ਕੁੰਮ ਜਿਹਾ ਹੋ ਗਿਆ, ਰੂਪੀ ਯਾਰ ਮਾੜਾ ਦੇਖੀ ਕਿੱਦਾਂ ਫੋਟੋ ਫੋਟੋ ਹੀ ਕਰਾ ਦੇ ਕੁਛ, ਜਿਵੇਂ ਕਿਉਂਕਿ ਨਾ ਜਵਾਕ ਜਿਹੜੇ ਹੁੰਦੇ ਆ ਭਾਵੇਂ ਭਾਬੀ ਦੇ ਹੈ ਨਾ, ਭੂਆ ਦੇ ਪੋਤੇ ਲਗਾ ਲਓ ਜਾਂ ਭਰਾ ਦੇ ਹੈ ਨਾ, ਕੋਈ ਵੀ ਰਿਲੇਟਿਵ ਜਵਾਕ ਲਗਾ ਲਓ ਪੰਜਵੀਂ ਸੱਤਵੀਂ ਅੱਠਵੀਂ ਦਸਵੀਂ ਕਲਾਸ ਦੇ, ਉਹ ਕਹਿੰਦੇ ਆ ਕਿ ਹਾਂ ਵੀ ਤੂੰ ਇਹਨਾਂ ਇਹਨਾਂ ਨਾਲ ਘੁੰਮੇ ਫੋਟੋ ਕਰਾ ਮੇਰੀ, ਕੁਛ ਇੱਦਾਂ ਦੀ ਡਿਮਾਂਡ ਆਉਂਦੀ ਕਦੇ ਕਦੇ ਆਉਂਦੀਆਂ ਹੁੰਦੀਆਂ। ਹਾਂਜੀ ਡਿਮਾਂਡ ਆਈ ਸੀ ਮਤਲਬ ਵੈਸੇ ਹੀ ਜਦੋਂ ਜੇ ਕਜ਼ਨ ਹੋਣ ਜਾਂ ਕੁਛ ਵੀ ਹੋਣ, ਕਿ ਮੈਨੂੰ ਲੱਗਦਾ ਮੇਰੇ ਰਿਸ਼ਤੇਦਾਰ ਨਾ ਇੱਦਾਂ ਪੁੱਛਦੇ ਵੀ ਨਹੀਂ ਹੈਗੇ, ਉਹ ਤਾਂ ਦੱਸਦੇ ਹੁੰਦੇ ਆ ਕਿ ਆਈ ਮਾੜਾ ਜਿਹਾ ਮੈਂ ਕਿਹਾ ਹੋਇਆ ਜੀ ਉੱਧਰ, ਅਤੇ ਹਾਂ ਹਾਂ ਮੇਰੇ ਜਿਹੜੇ ਕਜ਼ਨ ਨੇ ਜਾਂ ਕੁਛ ਵੀ, ਰੂਪੀ ਆ ਜੀ, ਅਤੇ ਇੱਦਾਂ ਨਹੀਂ ਕਦੇ ਹੋਇਆ ਹੈਗਾ ਕਿ ਉਹਨਾਂ ਨੇ ਮੈਨੂੰ ਪੁੱਛਿਆ ਹੋਵੇ ਕਿ ਰੂਪੀ ਮੈਂ ਕਿਹਾ ਹੋਇਆ, ਨਾ ਨਾ ਨਾ, ਹਮੇਸ਼ਾ ਡਿਮਾਂਡ ਹੀ ਹੁੰਦੀ ਆ ਜੀ ਟਾਈਮ ਨਾਲ, ਅਤੇ ਮੈਂ ਕਿਹਾ ਠੀਕ ਹੈ ਵੀਰੇ ਆ ਜੂੰਗੀ ਕਰੀ, ਹਾਂ ਆ ਜੀ, ਮਤਲਬ ਜਿੱਦਾਂ ਵੀ ਮੈਂ ਉਹਨਾਂ ਲਈ ਨਹੀਂ ਯਾਰ, ਬਟ ਬੜੇ ਇਹ ਬੜੇ ਫਨੀ ਐਕਸਪੀਰੀਅੰਸ ਹੁੰਦੇ ਹੈ ਨਾ, ਜਿਹੜੇ ਇਨਸਾਨ ਚਾਹੁੰਦਾ ਕਿ ਹੋਣ ਯਾਰ, ਹਾਂ ਨਹੀਂ ਬਹੁਤ ਬਹੁਤ ਫਨੀ ਐਕਸਪੀਰੀਅੰਸ ਹੁੰਦੇ ਨੇ, ਲੱਗਦਾ ਕਿ ਯਾਰ ਵੀ ਠੀਕ ਆ, ਹੋਰ ਵਗਾਰਾ ਵਗਾਰਾ ਹੀ ਆਪਾਂ ਕਹਿੰਦੇ ਹੁੰਦੇ ਪੰਜਾਬੀ ਵਿੱਚ, ਕੋਈ ਨਾ ਹੋਰ ਵਗਾਰਾ ਭੁਗਤ ਲਾਂਗੇ ਯਾਰ, ਕੰਮ ਕੁੰਮ ਆਉਂਦਾ ਰਹੇ, ਇਹ ਕੁਛ ਵੱਡੀ ਲੰਬੀ ਚੜੀ ਗੱਲ। ਮੇਰੇ ਨਾਲ ਤਾਂ ਇੱਦਾਂ ਵੀ ਹੁੰਦਾ ਕਿ ਕਦੇ ਕਦੇ ਫੋਟੋ ਕਰਾ ਕੇ ਨਾ ਉਹਨਾਂ ਨੂੰ ਲੱਗਦਾ ਹੁੰਦਾ ਕਿ ਹੋਰ ਕੋਈ ਸੀ, ਫਿਰ ਉਹ ਫਿਲਮ ਮੈਨੂੰ ਹੋਰ ਕੋਈ ਕਹਿ ਦੇਣਗੇ ਕਿ ਮਤਲਬ ਜੀ ਆਹ ਫਿਲਮ ਬਹੁਤ ਵਧੀਆ ਸੀ, ਫਿਰ ਉਹ ਨਾ ਮੇਰੀ ਹੈ, ਮੈਂ ਥੈਂਕ ਯੂ ਜੀ। ਐਂਡ ਨਾ ਤੁਹਾਨੂੰ ਦੇਖ ਦੇਖਦੇ ਨਾ ਮੈਨੂੰ ਇੱਕ ਪਰਫੋਰਮੈਂਸ ਯਾਦ ਆਉਣ ਲੱਗ ਗਈ, ਜਦੋਂ ਤੁਸੀਂ ਇੱਕ ਪ੍ਰਮੋਸ਼ਨਲ ਟੂਰ 'ਤੇ ਸੀਗੇ, ਆਈ ਥਿੰਕ ਤੁਸੀਂ ਸਟੇਜ 'ਤੇ ਉਹ ਪਰਫੋਰਮ ਕਰ ਰਹੇ ਸੀਗੇ, ਤੁਸੀਂ ਇੱਕ ਸਿਰਫ ਆਵਾਜ਼ ਹੀ ਮਾਰੀ ਸੀਗੀ ਵੀ ਕਿੱਦਾਂ ਮਾਝੇ ਵਾਲੇ ਹੋ, ਉਹ ਹੈ ਮਾਝਾ ਹੈ ਨਹੀਂ ਸੀਗਾ, ਬਟ ਤੁਸੀਂ ਕਿਹਾ ਕਿੱਦਾਂ ਮਾਝੇ ਵਾਲੇ ਹੋ, ਮਤਲਬ ਕਿ ਜਿਹੜੇ ਤੁਸੀਂ ਗਾਣੇ ਦੀ ਲਾਈਨ ਐਡ ਆਨ ਕਰਕੇ, ਤਾਂ ਲੋਕਾਂ ਨੇ ਇੰਨੀ ਜ਼ਿਆਦਾ ਹੂਟਿੰਗ, ਇੰਨਾ ਜ਼ਿਆਦਾ ਕਰਾਊਡ ਹੈ ਨਾ ਉੱਥੇ ਬੋਲਿਆ ਰੂਪੀ ਰੂਪੀ ਰੂਪੀ, ਇਹ ਜਿਹੜਾ ਟਾਈਮ ਪੀਰੀਅਡ ਰੂਪੀ ਕਿੰਨਾ ਘੈਂਟ ਲੱਗਦਾ ਹੈ ਸਪੈਸ਼ਲੀ ਜੀ, ਬਹੁਤ ਵਧੀਆ ਲੱਗਦਾ, ਮਤਲਬ ਮੇਰੇ ਤੋਂ ਜ਼ਿਆਦਾ ਮੈਨੂੰ ਲੱਗਦਾ ਮੇਰੀ ਫੈਮਿਲੀ ਨੂੰ ਬਹੁਤ ਵਧੀਆ ਲੱਗਦਾ, ਅਤੇ ਆਫਕੋਰਸ ਮੈਨੂੰ ਵੀ ਬਹੁਤ ਵਧੀਆ ਲੱਗਦਾ, ਬਟ ਇੱਕ ਉਹ ਮੈਨੂੰ ਯਾਦ ਆ ਤੁਸੀਂ ਕਾਹਦੀ ਕਿਹਦੀ ਉਹ ਟ੍ਰੇਲਰ ਲਾਂਚ ਸੀਗਾ ਜੱਟ ਨੂੰ ਚੜੇਲ ਦਾ, ਇੱਕ ਆਦਤ ਜੀ ਨਹੀਂ ਹੈਗੀ ਨਾ ਹਜੇ, ਤਾਂ ਉਦੋਂ ਮੇਰੀ ਆਵਾਜ਼ ਵੀ ਮਸੀ ਇੱਥੋਂ ਮਸੀ ਨਿਕਲ ਰਹੀ ਸੀ, ਤਾਂ ਮੈਂ ਕਦੇ ਕਦੇ ਉਹ ਵੀਡੀਓ ਦੁਬਾਰਾ ਦੇਖਦੀ ਹੁੰਦੀ ਹਾਂ, ਤਾਂ ਮੈਨੂੰ ਸੰਗ ਜੀ ਲੱਗਦੀ ਕਿ ਮਤਲਬ ਉਹ ਨਹੀਂ ਨਿਕਲਦੀ, ਉਹਨੇ ਆ ਵੀ ਸੋਰੀ ਸੱਚੀ ਨਹੀਂ ਨਿਕਲਦੀ, ਮੇਰਾ ਜੀ ਕਰਦਾ ਮੈਂ ਵੀ ਗੱਲਾਂ ਕਰਾਂ, ਮੇਰਾ ਸੱਚੀ ਜੀ ਕਰਦਾ ਕਿ ਮੈਂ ਵੀ ਇੱਦਾਂ ਜਿੱਦਾਂ ਸਾਰੇ ਬੋਲ ਲੈਂਦੇ ਆ, ਸਰਗੁਣ ਸਾਰੇ ਉੱਥੇ ਸੀਗੇ, ਮੈਨੂੰ ਉਹ ਹੌਸਲਾ ਵੀ ਦੇ ਰਹੇ ਸੀ ਵੀ ਬੋਲ, ਮੇਰਾ ਬਹੁਤ ਜੀ ਕਰਦਾ ਮੈਂ ਕੌਨਫੀਡੈਂਸ ਨਾਲ ਬੋਲਣਾ, ਪਰ ਪਤਾ ਨਹੀਂ ਕਿ ਉਦੋਂ ਆਵਾਜ਼ ਨਹੀਂ ਨਿਕਲਦੀ, ਕਦੇ ਕਦੇ ਹੌਲੀ ਹੌਲੀ ਸ਼ਾਇਦ ਫਰਕ ਪੈ ਜੂਗਾ। ਐਂਡ ਕਦੀ ਰੂਪੀ ਫੈਨ ਐਕਸਪੀਰੀਅੰਸ ਹੋਇਆ ਕਦੇ ਪ੍ਰੇਮ ਭਾਈ ਦਾ ਗਾਣਾ, ਚਲੋ ਵਾਇਰਲ ਹੋਇਆ ਅੱਡ ਚੀਜ਼ ਆ, ਜਿਹੜਾ ਤੁਹਾਡੇ ਵਾਲਾ ਅੱਖਰ ਜੇ ਵਾਇਰਲ ਹੋਏ ਸੀਗੇ ਉਹ ਅੱਡ ਚੀਜ਼ ਆ, ਤਾਂ ਉਹ ਕਦੀ ਕਦੀ ਨਾ ਉਹਦੀ ਇੱਕ ਅਲੱਗ ਫੈਨ ਉਹ ਹੈਗੀ ਆ, ਤੁਸੀਂ ਓਬਜ਼ਰਵ ਕੀਤਾ ਇਸ ਚੀਜ਼ ਦਾ ਕਿ ਉਹ ਉਸ ਵਰਡ ਨੂੰ ਅਲੱਗ ਚਾਹੁਣ ਵਾਲੇ ਲੋਕ ਆ, ਕਿਉਂਕਿ ਉਹਨਾਂ ਨੂੰ ਐਵੇਂ ਲੱਗਦਾ ਕਿ ਇਹ ਰੂਪੀ ਉਹ ਬੋਲ ਸਕਦੀ ਆ, ਸਾਨੂੰ ਹੋਰ ਕਿਸੇ ਜ਼ਬਾਨ 'ਚ ਵਧੀਆ ਨਹੀਂ ਲੱਗਣਾ। ਆਈ ਥਿੰਕ ਉਹ ਮਾਝੇ ਵਾਲਿਆਂ ਦਾ ਹੈਗਾ ਆ ਜੀ, ਸਾਡਾ ਕਨੈਕਸ਼ਨ ਹੈਗਾ ਪੱਕਾ ਮਾਝੇ ਵਾਲਿਆਂ ਨਾਲ, ਅਤੇ ਉਹ ਤਾਂ ਮਤਲਬ ਹਾਂਜੀ ਆ ਮੇਰਾ ਐਕਸਪੀਰੀਅੰਸ। ਇੱਕ ਵਾਰੀ ਮੈਨੂੰ ਯਾਦ ਆ ਮੈਂ ਸਟੋਰ ਦੇ ਵਿੱਚ ਕੁਛ ਖਰੀਦ ਰਹੀ ਸੀ, ਰੀਸੈਂਟਲੀ ਹੋਇਆ, ਅਤੇ ਇੱਕ ਨਾ ਮੁੰਡਾ ਆਇਆ, ਬਹੁਤ ਬਹੁਤ ਸਵੀਟ ਸੀ ਉਹ, ਅਤੇ ਉਹਦੇ ਆਈ ਥਿੰਕ ਉਹ ਪੜ੍ਹ ਰਹੇ ਸੀ ਉੱਥੇ, ਕਿਉਂਕਿ ਉੱਪਰ ਉਹ ਕਾਲਜ ਸੀਗਾ, ਅਤੇ ਉਹ ਨਾ ਉੱਚੀ ਦੇਣੀ ਮੇਰੇ ਕੰਨ 'ਚ ਆ ਕਹਿੰਦਾ ਅਲਾਕਾ ਕਿਹੜਾ ਆਪਣਾ, ਅਤੇ ਮੈਨੂੰ ਯਾਦ ਆ ਬਹੁਤ ਹੀ ਉੱਚੀ ਦੇਣੀ, ਅਤੇ ਮੈਂ ਪਿੱਛੇ ਦੇਖਿਆ ਅਤੇ ਉਹ ਨਾ ਸਾਰੇ ਗੋਰੇ ਸੀ ਉੱਥੇ ਆਲੇ ਦੁਆਲੇ, ਉਹ ਸਾਰੇ ਮੇਰੇ ਵੱਲ ਦੇਖਣ ਲੱਗ ਗਏ, ਹੁਣ ਮੈਂ ਉਹਨਾਂ ਨੂੰ ਕਿੱਦਾਂ ਦੱਸਾਂ ਵੀ ਅਸੀਂ ਮਾਝੇ ਤੋਂ ਹਾਂ ਸਾਨੂੰ ਇੱਦਾਂ, ਮੈਂ ਕਿੱਦਾਂ, ਅਤੇ ਉਹ ਮੈਂ ਉਹਦੇ ਨਾਲ ਦੇਖਿਆ ਅਤੇ ਮੈਂ ਨਾ ਹੈਰਾਨ ਜੀ, ਅਤੇ ਮੈਂ ਹੱਸਣ ਲੱਗ ਗਈ, ਅਤੇ ਉਹ ਕਹਿੰਦੇ ਕਿਹੜਾ, ਅਤੇ ਮੈਂ ਉਹਦੇ ਵੱਲ ਦੇਖਿਆ, ਮੈਂ ਕਿਹਾ ਤਰਨ ਤਾਰਨ, ਕਹਿੰਦਾ ਸਾਡਾ ਵੀ ਉਹੀ ਹੈ। ਸੱਚੀ ਸੱਚੀ ਉਹ ਬਹੁਤ ਫਨੀ ਐਕਸਪੀਰੀਅੰਸ ਸੀਗਾ, ਮੈਂ ਹਮੇਸ਼ਾ ਯਾਦ ਕਰਦੀ ਹਾਂ ਉਹਨਾਂ ਨੂੰ
ਕਿ ਕਿੱਦਾਂ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਕੌਣ ਖੜਿਆ ਕਿੱਥੇ ਆ ਕੁਛ ਸਾਰੇ ਸਾਡੇ ਵੱਲ ਦੇਖ ਰਹੇ ਆ ਸਾਰੇ ਤੇ ਮੈਂ ਵੀ ਉਹ ਨਾਲ ਦੇਖ ਰਹੀ ਹੱਸ ਕੇ ਵੀ ਮੈਂ ਕਿਹਾ ਇੱਦ ਵੀ ਆਪਾਂ ਗੱਲ ਕਰਦੇ ਕਹਿੰਦੇ ਕਿਹੜਾ ਮੈਂ ਕਿਹਾ ਹੂੰ ਯਾਰ ਸਿਰਾ ਇਹ ਅਲੱਗ ਐਕਸਪੀਰੀਅੰਸ ਆਇਆ ਹੈ ਨਾ ਉਹ ਬਹੁਤ ਕੈਂਟ ਐਕਸਪੀਰੀਅੰਸ ਹੈ ਤੁਹਾਨੂੰ ਪਤਾ ਵੀ ਤੁਸੀਂ ਜਿਹੜੇ ਚੀਜ਼ਾਂ ਜਿਹੜਾ ਅਲੱਗ ਅਲੱਗ ਤੁਸੀਂ ਚਲੋ ਆਪ ਪਰਫਾਰਮ ਕੀਤਾ ਹੈ ਨਾ ਤੁਸੀਂ ਆਪ ਫੀਲ ਕਰਦੇ ਹੋ ਮੈਂ ਸਪੈਸ਼ਲੀ ਬਹੁਤ ਇੰਜੋਏ ਕਰਦਾ ਜਦੋਂ ਵੀ ਕੋਈ ਇੱਧਰ ਟ੍ਰੈਂਡਸੈਟਰ ਵਾਇਰਲ ਹੋ ਜਾਂਦਾ ਆਈ ਸਵੇਰ ਮਤਲਬ ਮੈਨੂੰ ਬਹੁਤ ਵਧੀਆ ਲੱਗਦਾ ਤੁਸੀਂ ਆਪ ਵੀ ਨਾਲ ਉਹਦਾ ਹਿੱਸਾ ਹੁੰਦੇ ਹੋਗੇ ਫਿਰ ਮਤਲਬ ਕਾਈਂਡ ਆਫ ਹੋ ਜਾਂਦਾ ਮੈਂ ਪਹਿਲੀ ਵਾਰੀ ਸੁਣਿਆ ਇਦਾਂ ਵੀ ਕਿਉਂਕਿ ਮੈਂ ਨਾਮ ਅਜਰੋ ਬਿਲੋਂਗ ਕਰਦਾ ਨਾ ਕੁਛ ਬਟ ਜਿੱਦਾਂ ਟ੍ਰੈਂਡਸੈਟਰ ਕੋਈ ਚੀਜ਼ ਬਣਦੀ ਹੈ ਨਾ ਉਹ ਐਕਚੁਅਲ 'ਚ ਬਹੁਤ ਜ਼ਿਆਦਾ ਅਟਰੈਕਟ ਕਰਦੀ ਹੈ ਐਂਡ ਇੰਨਾ ਐਵੇਂ ਲੱਗਦਾ ਵੀ ਯਾਰ ਸ਼ਿਟ ਯਾਰ ਆਪਾਂ ਕਿਉਂ ਨਹੀਂ ਬੋਲੇ ਐਕਚੁਅਲ 'ਚ ਇੱਦਾਂ ਹੁੰਦਾ ਤੁਸੀਂ ਆਪਦੀ ਰੀਲਾਂ ਬਣਾ ਲਿਆ ਕਰੋ ਉਹਦੇ 'ਤੇ ਐਂਡ ਰੁਪੀ ਫਾਈਨਲੀ ਇਸ ਮੂਵੀ ਦੀ ਸਾਨੂੰ ਬਹੁਤ ਪੇਟ ਆ ਐਂਡ ਆਈ ਹੋਪ ਕਿ ਤੁਹਾਡੀ ਫਿਲਮ ਇੱਦਾਂ ਬੋਲੇ ਕਿ ਤੁਸੀਂ ਜ਼ਿੰਦਗੀ 'ਚ ਅੱਗੇ ਬੋਲਦੇ ਹੀ ਜਾਓ ਆਪਣੇ ਫਿਲਮਸ ਦੇ ਨਾਲ ਐਕਟਿੰਗ ਦੇ ਨਾਲ ਐਂਡ ਮੰਮੀ ਜੀ ਨੂੰ ਬੜਾ ਬੜਾ ਪ੍ਰਣਾਮ ਤੇ ਪਿਆਰ ਐਂਡ ਪੂਰੀ ਫੈਮਿਲੀ ਨੂੰ ਸਮਾਈਲ ਕਰਦੇ ਹੋਣਗੇ ਜਦੋਂ ਉਹਨਾਂ ਨੇ ਵੀਡੀਓ ਦੇਖੀ ਆ ਮੰਮੀ ਇਹ ਦੇਖ ਮੰਮੀ ਜੀ ਕਹਿਣਗੇ ਕਿ ਮੈਂ ਮਿਲਣਾ ਮੁੰਡੇ ਨੂੰ ਯਾਰ ਦੇਖਿਓ ਮੇਰੇ ਡੈਡੀ ਨੂੰ ਦਿਖਾਉਂਦੇ ਹੋਣਗੇ ਮੇਰੀ ਇਹ ਗੱਲ ਕਰਦੇ ਆ ਦੇਖਿਓ ਸੱਚੀ ਦੇਖਿਓ ਨਹੀਂ ਡੈਡ ਨੂੰ ਨਾ ਦਿਖਾਇਆ ਉਹਨਾਂ ਨੇ ਕਹਿਣਾ ਕਿ ਪੂਰਾ ਇੰਟਰਵਿਊ ਤੁਸੀਂ ਮਾਵਾਂ ਦੀਆਂ ਗੱਲਾਂ ਕਰਦੇ ਕਰਦਾ ਪਿਓ ਦਾ ਜ਼ਿਕਰ ਨਹੀਂ ਕੀਤਾ ਨਹੀਂ 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 ਡੈਡੀ ਨੂੰ ਵੀ ਹੈਲੋ ਨਹੀਂ ਬਟ ਥੈਂਕ ਯੂ ਸੋ ਮਚ ਐਂਡ ਆਈ ਵਿਸ਼ ਕਿ ਤੁਸੀਂ ਬਹੁਤ ਸਕਸੈਸ ਕਰੋ ਐਂਡ ਅਸੀਂ ਐਵੇਂ ਫਨੀ ਕਨਵਰਸੇਸ਼ਨ ਐਂਡ ਇੱਕ ਪਿਆਰ ਵਾਲੀ ਕਨਵਰਸੇਸ਼ਨ ਕਰਦੇ ਰਹੀ ਹਮੇਸ਼ਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ